ਇਸ ਵਰੇ ਬਣਨ ਵਾਲੀਆਂ ਹਿੰਦੀ ਫਿਲਮਾਂ ਦੀ ਗਿਣਤੀ 4 ਤੇ 1 ਪੰਜਾਬੀ ਫਿਲਮ ਸੀ। ਹਿੰਦੀ ਫਿਲਮਾਂ ਵਿੱਚ ਕੈਸੇ ਕਹੂੰ, ਚੰਪਾ, ਰਾਗਣੀ ਤੇ ਸ਼ੀਰੀ ਫਰਹਾਦ ਪੰਜਾਬੀ ਦੀ ਇੱਕੋ ਇੱਕ ਫਿਲਮ ਗੁਲ ਬਲੋਚ ਬਣੀ। ਹਿੰਦੀ ਫਿਲਮ ਚੰਪਾ ਸ਼ੋਰੀ ਫਿਲਮ ਵਾਲਿਆਂ ਬਣਾਈ। ਇਸ ਦੇ ਹਿਦਾਇਤਕਾਰ ਬਰਕਤ ਮਹਿਰਾ, ਸੰਗੀਤਕਾਰ ਅਨੁਪਮ ਘਟਕ ਤੇ ਲੱਛੀ ਰਾਮ ਸਨ। ਮੁਕਾਲਮੇ ਅਹਿਸਾਨ ਮਾਨੀ ਤੇ ਰਾਮਾਨੰਦ ਸਾਗਰ ਨੇ ਲਿਖੇ ਗੀਤ ਅਜ਼ੀਜ਼ ਕਸ਼ਮੀਰੀ ਦੇ। ਕੁਮਾਰੀ ਇੰਦੌਰ ਰਾਣੀ ਨੂੰ ਕਲਕੱਤੇ ਤੋਂ ਬੁਲਵਾਇਆ ਤੇ ਉਹਨਾਂ ਇਸ ਫਿਲਮ ਦੇ ਕੁਝ ਗੀਤ ਗਾਏ। ਇਸ ਦੇ ਅਦਾਕਾਰਾਂ ਵਿੱਚ ਮਨੋਰਮਾ, ਮਜਨੂ, ਬੇਗ, ਸਲਮਾ, ਵੀਨਾ ਕੋਹਲੀ, ਹਰੀ ਸ਼ਿਵ ਦਾਸਾਨੀ, ਆਸ਼ਾ ਭੋਸਲੇ, ਰਾਮ ਲਾਲ, ਜ਼ਹੂਰ ਸ਼ਾਹ, ਸ਼ੇਖ ਇਕਬਾਲ ਤੇ ਮਾਸਟਰ ਗੁਲਾਮ ਕਾਦਰ। ਇਹ ਫਿਲਮ 1945 ਨੂੰ ਕਰਾਊਨ ਸਿਨੇਮਾ ਲਾਹੌਰ ਵਿੱਚ ਲੱਗੀ। ਇਸ ਫਿਲਮ ਦੀ ਨੁਮਾਇਸ਼ ਵੇਲੇ ਮਨੋਰਮਾ ਬੰਬੇ ਗਈ ਤੇ ਫੇਰ ਉੱਥੋਂ ਦੀ ਹੀ ਹੋ ਕੇ ਰਹਿ ਗਈ। ਅਗਲੀ ਹਿੰਦੀ ਫਿਲਮ ਸੀ ਸ਼ੀਰੀ ਫਰਹਾਦ। ਇਹ 1944 ਵਿੱਚ ਬਣਨਾ ਸ਼ੁਰੂ ਹੋਈ। ਇਸ ਦੀ ਨੁਮਾਇਸ਼ 4 ਮਈ 1945 ਨੂੰ ਬੰਬੇ ਦੇ ਕੈਪੀਟਲ ਸਿਨੇਮਾ ਤੇ ਲਾਹੌਰ ਦੇ ਪੈਲਸ ਸਿਨੇਮਾ ਵਿੱਚ ਹੋਈ। ਇਸ ਨੂੰ ਪੰਚੋਲੀ ਪਿਕਚਰਸ ਵਾਲਿਆਂ ਬਣਾਇਆ। ਹਿਦਾਇਤਕਾਰ ਪ੍ਰਹਲਾਦ, ਸੰਗੀਤਕਾਰ ਅਮਰਨਾਥ ਤੇ ਰਸ਼ੀਦ ਅਤਰੇ, ਗੀਤਕਾਰ ਨਾਜ਼ਮ ਪਾਣੀਪਤੀ ਤੇ ਮਧੂ, ਆਰਟ ਡਾਇਰੈਕਟਰ ਐਮ ਖਵਾਜਾ, ਮੁਕਾਲਮੇ ਸੈਯਦ ਇਮਤਿਆਜ਼ ਅਲੀ ਤਾਜ ਤੇ ਸ਼ੌਕਤ ਥਾਨਵੀ ਹੋਰਾਂ ਲਿਖੇ। ਅਦਾਕਾਰਾਂ ਵਿੱਚ ਰਾਗਣੀ, ਜਨੇਤ, ਗੁਲਾਮ ਮੁਹੰਮਦ, ਗਿਲਾਨੀ, ਨਫੀਸ ਬੇਗਮ, ਜ਼ਹੂਰ ਸ਼ਾਹ ਤੇ ਨਾਚੀ ਤਾਰਾ ਚੌਧਰੀ। ਇਸ ਫਿਲਮ ਉੱਤੇ ਕੋਈ 20 ਲੱਖ ਦੀ ਰੋਕੜੀ ਲੱਗੀ ਪਰ ਫਿਲਮ ਨਾਕਾਮ ਹੋ ਗਈ। ਰਸ਼ੀਦ ਅਤਰੇ ਹੋਰਾਂ ਇਸ ਦੇ 3 ਗੀਤਾਂ ਦਾ ਸੰਗੀਤ ਦਿੱਤਾ। ਪਹਿਲਾ ਗੀਤ ਰਸ਼ੀਦ ਅਤਰੇ ਤੇ ਸ਼ਮਸ਼ਾਦ ਬੇਗਮ ਨੇ ਰਲ ਕੇ ਗਾਇਆ। ਬੋਲ ਸਨ, ਅਰਮਾਨੋ ਕੀ ਬਸਤੀ ਮੇ ਹਮ ਆਗ ਲਗਾ ਬੈਠੇ, ਐ ਦਿਲ ਤੇਰੀ ਦੁਨੀਆ ਕੋ ਹਮ ਆਪ ਲੁਟਾ ਬੈਠੇ। ਰਸ਼ੀਦ ਅਤਰੇ ਤੇ ਸ਼ਮਸ਼ਾਦ ਬੇਗਮ। ਕੈਸੇ ਕਹੂੰ ਨਾਂ ਦੀ ਇਸ ਫਿਲਮ ਨੂੰ ਵੀ ਪੰਚੋਲੀ ਪਿਕਚਰਸ ਵਾਲਿਆਂ ਬਣਾਇਆ। ਇਸ ਦੇ ਹਿਦਾਇਤਕਾਰ ਮੋਤੀ ਬੀ ਗਿਡਵਾਣੀ, ਕਹਾਣੀ ਮੁਕਾਲਮੇ ਡਾਕਟਰ ਏ ਐਚ ਰਾਏਪੁਰੀ, ਸੰਗੀਤ ਪੰਡਿਤ ਅਮਰਨਾਥ, ਗਾਇਕ ਬਾਤਿਸ਼, ਜ਼ੀਨਤ ਬੇਗਮ ਤੇ ਸ਼ਮਸ਼ਾਦ ਬੇਗਮ, ਗੀਤਕਾਰ ਤੁਫੈਲ ਹੁਸ਼ਿਆਰਪੁਰੀ ਤੇ ਡੀ ਐਨ ਮਧੂਕ ਹੋਰਾਂ ਦੇ ਸਨ। ਇਸ ਦੇ ਅਦਾਕਾਰਾਂ ਵਿੱਚ ਰਾਗਣੀ, ਜਾਗੀਰਦਾਰ, ਨਜਮੁਲ ਹਸਨ, ਪ੍ਰਾਣ, ਬੇਗਮ ਪਰਵੀਨ, ਦੁਰਗਾ ਮੋਟਾ, ਅਖਤਰੀ, ਅਜਮਲ ਤੇ ਜੀ ਐਨ ਬੱਟ ਦੇ ਨਾਂ ਆਉਂਦੇ ਨੇ। ਇਹ ਫਿਲਮ 16 ਨਵੰਬਰ 1945 ਨੂੰ ਪੈਲਸ ਸਿਨੇਮਾ ਲਾਹੌਰ ਵਿੱਚ ਨੁਮਾਇਸ਼ ਵਾਸਤੇ ਪੇਸ਼ ਕੀਤੀ ਗਈ। ਫਿਲਮ ਕਾਮਯਾਬ ਨਾ ਹੋ ਸਕੀ। ਅਗਲੀ ਹਿੰਦੀ ਫਿਲਮ ਦਾ ਨਾਂ ਸੀ ਰਾਗਣੀ। ਇਸ ਨੂੰ ਜੇ ਐਨ ਮਹੇਸ਼ਵਰੀ ਨੇ ਬਣਾਇਆ। ਹਿਦਾਇਤਕਾਰ ਸ਼ੰਕਰ ਮਹਿਤਾ ਸਨ। ਇਸ ਦੇ ਲਿਖਾਰੀ ਐਮ ਆਰ ਕਪੂਰ। ਇਸ ਫਿਲਮ ਦੇ 2 ਗੀਤ ਜ਼ਹੀਰ ਕਸ਼ਮੀਰੀ ਹੁਰਾਂ ਦੇ ਲਿਖੇ, ਜਦਕਿ 2 ਨਾਜ਼ਮ ਪਾਣੀਪਤੀ ਨੇ ਤੇ ਬਾਕੀ ਦੇ ਮੇਲਾ ਰਾਮ ਵਫਾ ਦੇ ਸਨ। ਸੰਗੀਤ ਸੀ ਪੰਡਿਤ ਅਮਰਨਾਥ ਹੁਰਾਂ ਦਾ। ਕੈਮਰੇ ਉੱਤੇ ਸਨ ਐਚ ਐਸ ਕੁਆਤਰਾ, ਨਾਚ ਏਤਨ ਲਾਲ ਤੇ ਅਰੁਣਾ ਦੇਵੀ ਦਾ, ਜਦਕਿ ਅਦਾਕਾਰੀ ਵਿੱਚ ਸਮਜੀ, ਅਰੁਣਾ ਦੇਵੀ, ਨਜਮੁਲ ਹਸਨ, ਪ੍ਰਾਣ, ਗਿਆਨੀ ਰਮੇਸ਼, ਸ਼ਾਹਨਾਜ਼, ਭਾਗ ਸਿੰਘ, ਬੀਤ ਸ਼ਰਮਾ ਤੇ ਸਾਜਨ। ਜ਼ਹੀਰ ਕਸ਼ਮੀਰੀ ਹੁਰਾਂ ਦੇ ਲਿਖੇ ਗੀਤ ਦੇ ਬੋਲ ਸਨ, ਹਮਦੋ ਜੀਵਨ ਸਾਥੀ ਸੋਨੇ ਕੇ ਪੰਖ ਲਗਾਏ, ਜ਼ੀਨਤ ਬੇਗਮ ਬਾਦਸ਼ੀ। ਇਸ ਵਰੇ ਬਣਨ ਵਾਲੀ ਇੱਕੋ ਇੱਕ ਪੰਜਾਬੀ ਫਿਲਮ ਸੀ ਗੁਲ ਬਲੋਚ। ਇਸ ਫਿਲਮ ਨੂੰ ਜ਼ਮਾਨ ਪਿਕਚਰਸ ਦੇ ਬੈਨਰ ਹੇਠ ਬਣਾਇਆ ਗਿਆ। ਇਸ ਫਿਲਮ ਦੇ ਫਿਲਮ ਸਾਜ਼ ਮੀਆਂ ਮੁਸ਼ਤਾਕ ਅਹਿਮਦ, ਹਿਦਾਇਤਕਾਰ ਗੁਲ ਜ਼ਮਾਨ, ਸੰਗੀਤਕਾਰ ਸ਼ਿਆਮ ਸੁੰਦਰ, ਲੱਛੀ ਰਾਮ, ਪੰਡਿਤ ਅਮਰਨਾਥ, ਗੀਤਕਾਰ ਸਨ ਮੁਹੰਮਦ ਸਫੀ ਤੇ ਆਸ਼ਿਕ ਲਾਹੌਰੀ। ਗਾਇਕਾਂ ਵਿੱਚ ਮੁਹੰਮਦ ਰਫੀ, ਜ਼ੀਨਤ ਬੇਗਮ, ਮਜਨੂ ਤੇ ਮੁਨੱਵਰ ਸੁਲਤਾਨਾ। ਪਾਤਰਕਾਰਾਂ ਵਿੱਚ ਗੁਲ ਜ਼ਮਾਨ, ਸਲਮਾ, ਮਜਨੂ, ਅਜਮਲ,
मुनव्वर सुल्ताना, सलीम रजा, रमेश ठाकुर, गुलाम कादर, लैला कुमारी, फैयाज हफीज चौधरी, शेख इकबाल, नजर ते जान गंजा। इस फिल्म का एक गीत वेखो, सुन सुन निकी जी गल जिंद रही है, मोहम्मद रफी, जीनत बेगम ते मजनू। मोहम्मद रफी उरां दे जीवन दी ए पहली पंजाबी फिल्म सी जिदे विच इन्हां कोई गीत गाया। इंजे ही इस फिल्म विच मुनव्वर सुल्ताना अदाकारा ते नजर अदाकार वजों किसे पहली पंजाबी फिल्म विच आए। इस फिल्म दे कुछ होर गीत वेखो, नंबर दो आ चलिए चल चलिए चौधरी मेले नू, मजनू ते कौसर। नंबर तीन छम छम नचा नाले छम छम गावा, जीनत बेगम। नंबर चार आ चन वे लगियां तोड़न भाइये, मुनव्वर सुल्ताना मोहम्मद रफी। नंबर पांच परदेसी सोहणिया ओए मेरिया, जीनत बेगम मोहम्मद रफी। अगला वरा अग ते लहू ते रत वल वादा होया वरा सी, पंजाब वंडिया जाना सी, सदियां तो वसदे लोकां अजिहा उजड़ना सी के फिर कदे पिछा नहीं सी मुड़ना।